ਨੰਬਰਦਾਰ ਯੂਨੀਅਨ ਨਿਹਾਲ ਸਿੰਘ ਵਾਲਾ ਵੱਲੋਂ ਐਸਡੀਐਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਅੱਗੇ ਦਿੱਤਾ ਗਿਆ ਰੋਸ ਧਰਨਾ, ਅੱਜ ਤਹਿਸੀਲਦਾਰ ਲਖਵਿੰਦਰ ਸਿੰਘ ਦੇ ਦਖਲ ਤੋਂ ਬਾਅਦ ਚੁੱਕ ਲਿਆ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨੰਬਰਦਾਰ ਯੂਨੀਅਨ ਦੇ ਆਗੂ ਜਗਜੀਤ ਸਿੰਘ ਖਾਈ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਦੇ ਉੱਪਰ ਗੌਰ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਖਾਈ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਅਣਮਿੱਥੇ ਸਮੇਂ ਲਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਆਓ ਸੁਣਦੇ ਹਾਂ ਕੀ ਕਹਿਣਾ ਨੰਬਰਦਾਰ ਯੂਨੀਅਨ ਦੇ ਆਗੂ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ ਦਾ। ਜਗਤ ਸਿੰਘ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਦੋਸਤੋ। ਇਸ ਵਕਤ ਅਸੀਂ ਨਿਹਾਲ ਸਿੰਘ ਵਾਲਾ ਦੇ ਕੋਰਟ ਕੰਪਲੈਕਸ ਦੇ ਵਿੱਚ ਮੌਜੂਦ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਕੱਲ੍ਹ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਕਿ ਨੰਬਰਦਾਰ ਯੂਨੀਅਨ ਕੱਲ੍ਹ ਤੋਂ ਲੈ ਕੇ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ, ਜਿਸ ਦੇ ਵਿੱਚ ਕੋਈ ਵੀ ਜਿਹੜਾ ਸਰਕਾਰੀ ਮੁਲਾਜ਼ਮ ਦਫ਼ਤਰ ਦੇ ਵਿੱਚ ਕੱਲ੍ਹ ਨਹੀਂ ਪਾਇਆ ਗਿਆ, ਜਿਸ ਦੀਆਂ ਬਕਾਇਦਾ ਅਸੀਂ ਖਬਰਾਂ ਵੀ ਲਗਾਈਆਂ। ਅੱਜ ਜਿਹੜਾ ਨੰਬਰਦਾਰ ਯੂਨੀਅਨ ਵੱਲੋਂ ਇੱਥੇ ਧਰਨਾ ਦਿੱਤਾ ਹੋਇਆ ਸੀ ਸਵੇਰ ਤੋਂ ਲੈ ਕੇ, ਔਰ ਇਹਨਾਂ ਦੀਆਂ ਮੰਗਾਂ ਜਿਹੜਾ ਮੰਗ ਪੱਤਰ ਲੈਣ ਲਈ ਅੱਜ ਬਕਾਇਦਾ ਤੌਰ 'ਤੇ ਤਹਿਸੀਲਦਾਰ ਸਾਹਿਬ ਪਹੁੰਚੇ ਹੈ, ਅਤੇ ਆਪਾਂ ਇਹਨਾਂ ਦੇ ਨਾਲ 2 ਮਿੰਟ ਰਾਬਤਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਾਹਿਬ, ਪਹਿਲੀ ਗੱਲ ਤਾਂ ਤੁਹਾਨੂੰ ਸਵਾਗਤ ਹੀ ਕਹਿਣਾ ਪੈਣਾ ਜੀ, ਸਵਾਗਤ ਹੈ ਤੁਹਾਡਾ, ਕਿਉਂਕਿ ਕੱਲ੍ਹ ਤੋਂ ਲੈ ਕੇ ਅਸੀਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਮਿਲੇ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕੀਏ, ਅਸੀਂ ਵੀ ਕਾਫੀ ਕੋਸ਼ਿਸ਼ ਕਰਦੇ ਰਹੇ ਹਾਂ। ਸੋ ਨੰਬਰਦਾਰ ਯੂਨੀਅਨ ਤੁਹਾਨੂੰ ਮਿਲੀ ਹੈ ਅਤੇ ਮੰਗ ਪੱਤਰ ਇਹਨਾਂ ਨੇ ਦਿੱਤਾ ਹੈ, ਕੀ ਕਹਿਣਾ ਚਾਹੋਗੇ? ਇਹਨਾਂ ਦੀਆਂ ਕੁਝ ਮੰਗਾਂ ਹੈਗੀਆਂ ਕਿ ਉਹਦੇ ਵਿੱਚ ਤਨਖਾਹ ਨੇ ਮਿਲੀ, ਹੋ ਸਕਦਾ ਸਾਡੇ ਬਜਟ ਲੇਟ ਆਇਆ ਹੋਵੇ, ਹੋਰ ਇਹਨਾਂ ਦੀਆਂ ਵੀ ਸੀਗਾ ਵੀ ਤਹਿਸੀਲ ਦੇ ਵਿੱਚ ਥੋੜ੍ਹਾ ਜਿਹਾ ਜਿਹੜੀ ਬੇਦੀ ਹੈਗੀ ਆ ਉਹ ਠੀਕ ਨਹੀਂ, ਉਹਦੇ ਬਾਰੇ ਅਸੀਂ ਇਹਨੂੰ ਵਿਚਾਰ ਕਰਦੇ ਹੈਗੇ ਹਾਂ, ਜੇ ਉਹ ਕੰਮ ਨਹੀਂ ਹੁੰਦਾ ਤਾਂ ਅਸੀਂ ਕੰਮ ਹੋਰ ਕਿਸੇ ਨੂੰ ਦੇ ਜਾਂਗੇ ਤਾਂ, ਅਤੇ ਸਾਡਾ ਆਪਦਾ ਹੀ ਪਰਿਵਾਰ ਹੈਗਾ ਜੀ। ਬਿਲਕੁਲ ਤੁਹਾਡਾ ਆਪਣਾ ਹੀ ਪਰਿਵਾਰ ਹੈ, ਪਰ ਇਹੀ ਤਾਂ ਤਰਾਸਦੀ ਹੈ ਜੀ, ਤੁਹਾਡੇ ਆਪਣੇ ਪਰਿਵਾਰ ਨੂੰ ਆਪਣੇ ਮੰਗ ਆਪਣੀ ਗੱਲ ਕਹਿਣ ਵਾਸਤੇ ਇੰਨੀ ਮੁਸ਼ਕਲ ਕਰਨੀ ਪੈਂਦੀ ਹੈ, ਕਿਉਂਕਿ ਕੱਲ੍ਹ ਵੀ ਦਫ਼ਤਰ ਦੇ ਵਿੱਚ ਅਸੀਂ ਖੁਦ ਸਾਡੀ ਟੀਮ ਨੇ ਜਾ ਕੇ ਦੇਖਿਆ ਕਿ SDF ਦਫ਼ਤਰ ਦੇ ਵਿੱਚ ਵੀ ਕੋਈ ਮੁਲਾਜ਼ਮ ਮੌਕੇ 'ਤੇ ਮੌਜੂਦ ਨਹੀਂ ਸੀ। 10-15 ਮਿੰਟ ਅਸੀਂ ਉੱਥੇ ਦੌਰਾ ਕੀਤਾ, ਦੇਖਿਆ ਪੱਖੇ ਚੱਲ ਰਹੇ ਆ, AC ਚੱਲ ਰਿਹਾ ਦਫ਼ਤਰ ਦੇ ਵਿੱਚ, ਔਰ ਅਸੀਂ ਬਕਾਇਦਾ ਵੀਡੀਓ ਵੀ ਹੈ ਜਿਹੜੀਆਂ ਉਹਦੀਆਂ ਕੀਤੀਆਂ, ਖਬਰਾਂ ਕੀਤੀਆਂ, ਪਰ ਉੱਥੇ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ। ਕੀ ਕਾਰਨ ਹੈ? ਨਾ ਤਾਂ ਕੱਲ੍ਹ ਕੋਈ ਛੁੱਟੀ ਸੀ, ਨਾ ਉਸ ਟਾਈਮ ਕੋਈ ਮੀਟਿੰਗ ਚੱਲ ਰਹੀ ਸੀ, ਕੀ ਕਾਰਨ ਹੈ? ਸਾਡੇ ਜਿਹੜੇ ਦਫ਼ਤਰ ਦੇ ਕਰਮਚਾਰੀ ਉਹ ਤਾਂ ਇੱਥੇ ਹੀ ਹੋਣਗੇ, ਸਾਡੀਆਂ ਕੁਝ ਮੀਟਿੰਗਾਂ ਸੀਗੀਆਂ, ਅਸੀਂ ਮੀਟਿੰਗਾਂ ਦੇ ਸੀਗੇ, ਅਸੀਂ ਤਕਰੀਬਨ 2-2:30 ਵਜੇ ਮੈਂ ਆ ਗਏ ਇੱਥੇ, ਬਾਕੀ ਹੁਣ ਸਾਡਾ ਕੰਮ ਚੱਲਦਾ ਰਿਹਾ, ਜਿਹੜੇ ਦਫ਼ਤਰ ਕੰਮ ਚੋਂ ਇੱਥੇ ਸੀਗੇ ਆਪਾਂ ਆਪਣਾ ਕੰਮ 'ਤੇ ਲੱਗੇ। ਪਰ ਇੱਕ ਚੀਜ਼ ਕੱਲ੍ਹ ਤੋਂ ਕਲੀਅਰ ਨਹੀਂ ਹੋ ਪਾ ਰਹੀ, ਅਸੀਂ ਕੋਸ਼ਿਸ਼ ਵੀ ਕੀਤੀ ਹੈ, SDM ਸਾਹਿਬ ਨੂੰ ਅਸੀਂ ਫੋਨ ਦੇ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਜਿਹੜਾ SDM ਸਾਹਿਬ ਦਾ ਜਿਹੜਾ ਵਰਕਿੰਗ ਸਟੇਟਸ ਹੈ ਉਹਦੀ ਪਤਾ ਨਹੀਂ ਲੱਗ ਰਿਹਾ ਕਿ ਕੀ SDM ਸਾਹਿਬ ਛੁੱਟੀ 'ਤੇ ਨੇ? SDM ਸਾਹਿਬ ਛੁੱਟੀ 'ਤੇ ਚੱਲ ਰਹੇ, ਬਸ ਇੱਕ ਦੋ ਦਿਨ ਆ ਜਾਣਗੇ। ਬਾਅਦ ਪ੍ਰਦਰਸ਼ਨ ਕਰ ਰਹੇ ਹੋ, ਅੱਜ ਵੀ ਧਰਨਾ ਦਿੱਤਾ ਹੋਇਆ ਸੀਗਾ ਸਵੇਰ ਤੋਂ ਲੈ ਕੇ, ਅਤੇ ਹੁਣ ਜਿਹੜਾ ਤਹਿਸੀਲਦਾਰ ਸਾਹਿਬ ਨੂੰ ਮਿਲੇ ਹਾਂ, ਕੀ ਤੁਹਾਨੂੰ ਸੰਤੁਸ਼ਟੀ ਹੋਈ ਕਿ ਉਹਨਾਂ ਨੇ ਤੁਹਾਡੀਆਂ ਮੰਗਾਂ ਸੁਣੀਆਂ? ਸਾਡੇ ਜਿਹੜਾ ਕੱਲ੍ਹ ਤੋਂ ਅਸੀਂ ਰੋਸ ਪ੍ਰਦਰਸ਼ਨ ਕੀਤਾ ਸੀ, ਅੱਜ ਸਵੇਰੇ ਧਰਨਾ ਵੀ ਦਿੱਤਾ ਸੀ, ਪਰ ਜਿਵੇਂ ਸਵੇਰੇ ਅਸੀਂ ਧਰਨਾ ਦਿੱਤਾ ਸੀ ਉਹ ਧਰਨਾ ਇਸ ਕਰਕੇ ਅਨਾਊਂਸ ਕੀਤਾ ਸੀ ਵੀ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਦੇਵਾਂਗੇ। ਪਰ ਅੱਜ ਮਾਨਯੋਗ ਤਹਿਸੀਲਦਾਰ ਸਾਹਿਬ ਸਾਡੇ ਕੋਲ ਧਰਨੇ 'ਤੇ ਆਏ, ਸਾਡੇ ਧਰਨੇ ਦੇ ਵਿੱਚ ਆ ਕੇ ਬੈਠੇ, ਉਹਨਾਂ ਨੇ ਜਿਹੜਾ ਸਾਡੀਆਂ ਕੁਝ ਮੰਗਾਂ ਸੀਗੀਆਂ ਉਹਨਾਂ ਨੂੰ ਸੁਣਿਆ, ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਵੀ ਜਿਹੜਾ ਕੋਈ ਪਹਿਲਾਂ ਇਦੋਂ ਮੈਟਰ ਸੀਗਾ ਮਾਣ ਪੱਤਾ ਜਿਹੜਾ ਸੀਗਾ, ਉਹਨਾਂ ਨੇ ਹੁਣੇ ਸਾਨੂੰ ਦੱਸਿਆ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ, ਬਿੱਲ ਬਣਾ ਕੇ ਦੇ ਦਿੱਤੇ ਗਏ ਆ,
ਅਤੇ ਜਿਹੜਾ ਦੂਸਰਾ ਸੀਗਾ ਕਰਮਚਾਰੀਆਂ ਵੱਲੋਂ ਜਿਹੜਾ ਕੁਛ ਵਿਹਾਰ ਸਹੀ ਨਹੀਂ ਸੀਗਾ ਉਹਦੇ ਬਾਰੇ ਵੀ ਅਸੀਂ ਮੰਗ ਪੱਤਰ ਦਿੱਤਾ। ਉਹ ਕਹਿੰਦੇ ਵੀ ਅਸੀਂ ਬਣਦੀ ਜਿਹੜੀ ਕਾਰਵਾਈ ਹੋਊਗੀ ਉਹ ਅਮਲ ਦੇ ਵਿੱਚ ਲਿਆਵਾਂਗੇ। ਅਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਜ਼ਿਲ੍ਹਿਆਂ ਨੂੰ ਜਾਂ ਕੋਈ ਵੀ ਸਾਡਾ ਜਿਹੜਾ ਨੰਬਰਦਾਰ ਆਊਗਾ ਚਾਹੇ ਉਹ ਦੁਨੀਆ ਦਾ ਮੁੱਖ ਨੁਮਾਇੰਦਾ ਹੈ ਚਾਹੇ ਕੋਈ ਹੋਰ ਸਾਡਾ ਨੰਬਰਦਾਰ ਹੋਊਗਾ ਉਹਨਾਂ ਨੂੰ ਪੂਰਾ ਮਾਣ ਅਤੇ ਸਤਿਕਾਰ ਤੁਸੀਂ ਸਥਗਿਤ ਕਰਤਾ ਜਾ। ਅੱਜ ਫਿਲਹਾਲ ਸਿੰਗਲਰ ਸਾਹਿਬ ਨੇ ਹੁਣ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਤੋਂ ਬਾਅਦ ਜਿਹੜਾ ਇਹ ਫੈਸਲਾ ਕਰਕੇ ਉਹ ਸਾਨੂੰ ਫੋਨ 'ਤੇ ਜਾਣਕਾਰੀ ਦੇਣਗੇ ਵੀ ਜੋ ਅਸੀਂ ਉਹਨਾਂ ਨੂੰ ਜੋ ਮੰਗ ਪੱਤਰ ਰੱਖਿਆ ਜੋ ਅਸੀਂ ਮੰਗ ਉਹਨਾਂ ਕੋਲ ਰੱਖੀ ਆ ਵੀ ਜਿਹੜੀ ਉਹ ਕਰਮਚਾਰੀ ਹੈ ਜਿਹਦਾ ਨੰਬਰਦਾਰਾਂ ਪ੍ਰਤੀ ਵਿਹਾਰ ਚੰਗਾ ਨਹੀਂ ਜਿਹਦੀ ਉਹਦੀ ਬੋਲਚਾਲ ਸਹੀ ਨਹੀਂ ਸੀ ਵੀ ਉਹਨੂੰ ਅਸੀਂ ਇੱਥੋਂ ਤਬਦੀਲ ਕਰਾਂਗੇ। ਜੇ ਉਹਨਾਂ ਨੇ ਸਾਡੀ ਇਸ ਮੰਗ 'ਤੇ ਪੂਰੇ ਹੋਏ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਵੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਇੱਥੋਂ ਫਿਰ ਸਾਡਾ ਜਿਹੜਾ ਇਹ ਪ੍ਰੋਗਰਾਮ ਮੁਲਤਵੀ ਆ ਸੋਮਵਾਰ ਨੂੰ ਧਰਨੇ ਦਾ ਅਤੇ ਨਹੀਂ ਤਾਂ ਫਿਰ ਅਸੀਂ ਦੁਬਾਰਾ ਫਿਰ ਕਾਲ ਕਰਕੇ ਆਪਣੇ ਸਾਰੇ ਜਿੰਨੇ ਵੀ ਨੁਮਾਇੰਦੇ ਨੇ ਜਥੇਬੰਦੀ ਆ ਇਹਨਾਂ ਨੂੰ ਦੁਬਾਰਾ ਫਿਰ ਅਸੀਂ ਧਰਨਾ ਦੇਵਾਂਗੇ। ਉਹਨਾਂ 'ਚ ਸਾਡੀ ਸੰਤੁਸ਼ਟੀ ਅੱਜ ਤਹਿਸੀਲਦਾਰ ਸਾਹਿਬ ਨੇ ਸਾਨੂੰ ਕਰਵਾਈ ਹੈ ਵੀ ਤੁਹਾਨੂੰ ਕੋਈ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦਿੱਕਤ ਨਹੀਂ ਹੋਊਗੀ। ਜੇਕਰ ਉਹ ਕਾਰਵਾਈ ਕਰਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਮੁਲਤਵੀ ਗੱਲ ਹਾਂ ਜੇ ਉਹ ਕਾਰਵਾਈ ਸਾਨੂੰ ਕਰਕੇ ਅਮਲ ਦੇ ਵਿੱਚ ਲਿਆਉਣਗੇ ਸਾਨੂੰ ਦੱਸਣਗੇ ਫਿਰ ਅਸੀਂ ਇਸ ਮੁਲਤਵੀ ਹੈ। ਨਿਹਾਲ ਸਿੰਘ ਵਾਲਾ ਤੋਂ ਜਗਤੀ ਟੀਵੀ ਲਈ ਪ੍ਰਦੀਪ ਢਿੱਲੋਂ ਦੀ।